ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਦਿਸ ਇਜ਼ ਅਰੰਚਨ ਕੌਰ ਫਰੋਮ USA. ਮਾਈ ਪੋਮ ਇਜ਼ ਡੈਡੀਕੇਟਡ ਟੂ ਆਲ ਦਾ ਫਾਰਮਰਸ ਹੂ ਆਰ ਫਾਈਟਿੰਗ ਟੂ ਗੈਟ ਜਸਟਿਸ ਐਂਡ ਫੋਰ ਦੇਅਰ ਰਾਈਟਸ. ਇਟ ਟੱਚਡ ਮਾਈ ਹਾਰਟ ਟੂ ਸੀ ਮੈਨੀ ਥਾਊਸੰਡ ਸਲੀਪਿੰਗ ਔਨ ਦਾ ਰੋਡ ਸਾਈਡ ਇਨ ਦਾ ਕੋਲਡ ਵਿੰਟਰ ਵੈਦਰ ਇਨ ਦਿਸ ਡਿਫੀਕਲਟ ਪੈਂਡੈਮਿਕ ਟਾਈਮ. ਮੇ ਵਾਹਿਗੁਰੂ ਜੀ ਬਲੈਸ ਦੈਮ ਆਲ. ਮਾਈ ਪ੍ਰੇਅਰਸ ਆਰ ਵਿਦ ਆਲ ਆਫ ਦੈਮ. ਇਹ ਕਵਿਤਾ ਉਹਨਾਂ ਸਾਰੇ ਕਿਸਾਨਾਂ ਨੂੰ ਸਮਰਪਿਤ ਹੈ ਜੋ ਇਨਸਾਫ ਲਈ ਅਤੇ ਉਹਨਾਂ ਦੇ ਹੱਕਾਂ ਦੇ ਲਈ ਲੜ ਰਹੇ ਹਨ. ਇਸ ਮੁਸ਼ਕਲ ਮਹਾਂਮਾਰੀ ਦੇ ਸਮੇਂ ਹਜ਼ਾਰਾਂ ਲੱਖਾਂ ਆਪਣੇ ਪਰਿਵਾਰਾਂ ਨੂੰ ਪਿੱਛੇ ਛੱਡ ਇਨਸਾਫ ਲਈ, ਆਪਣੀ ਮੰਗਾਂ ਲਈ ਪ੍ਰੋਟੈਸਟ ਕਰ ਰਹੇ ਹਨ. ਇਸ ਪੈਂਡੈਮਿਕ ਦੇ ਹਾਲਾਤਾਂ ਵਿੱਚ ਠੰਡੇ ਮੌਸਮ ਵਿੱਚ ਸੜਕ ਦੇ ਕਿਨਾਰੇ ਸੌਂਦਿਆਂ ਵੇਖ ਮੇਰੇ ਦਿਲ ਨੂੰ ਛੂਇਆ. ਕਿਸਾਨ ਹਨ ਤਾਂ ਅਸੀਂ ਹਾਂ, ਉਹ ਸਦੀਆਂ ਤੋਂ ਸਾਡੇ ਲਈ ਅਨਾਜ ਉਗਾਉਂਦੇ ਪਏ ਹਨ. ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਸਾਰੇ ਕਿਸਾਨਾਂ ਨੂੰ ਇਨਸਾਫ ਮਿਲੇ ਜੋ ਇਸ ਪੈਂਡੈਮਿਕ ਵਿੱਚ ਹਾਲਾਤਾਂ ਵਿੱਚ ਆਪਣੇ ਮੰਗਾਂ ਦੇ ਲਈ ਲੜ ਰਹੇ ਹਨ. ਮੇਰੀ ਛੋਟੀ ਜਿਹੀ ਪੋਇਮ ਆਪ ਜੀ ਦੇ ਸਾਹਮਣੇ ਪੇਸ਼ ਹੈ. ਕਿਸਾਨ ਧਾਨ ਉਗਾਉਂਦਾ ਹੈ ਤਾਂ ਅਸੀਂ ਰਜ ਰਜ ਖਾਂਦੇ ਹਾਂ. ਕਿਸਾਨ ਧਾਨ ਉਗਾਉਂਦਾ ਹੈ ਤਾਂ ਅਸੀਂ ਰਜ ਰਜ ਖਾਂਦੇ ਹਾਂ. ਅਸੀਂ ਅਨਸ਼ੁਕਰੇ ਫਿਰ ਕਿਉਂ ਉਸਨੂੰ ਭੁੱਲ ਜਾਂਦੇ ਹਾਂ? ਉਹ ਆਪਣਾ ਪੇਟ ਕੱਟ ਕੱਟ ਕੇ ਰਾਤ ਦਿਨ ਮਿਹਨਤ ਕਰਦਾ ਹੈ. ਅਸੀਂ ਨਾ ਭੁੱਖੇ ਸੋਈਏ, ਉਹ ਸੋਚ ਸੋਚ ਹੌਕੇ ਭਰਦਾ ਹੈ. ਪੇਟ ਉਹ ਸਾਡਾ ਪਰਦਾ ਹੈ ਤਾਂ ਅਸੀਂ ਸੁੱਖ ਨਾਲ ਸੌਂਦੇ ਹਾਂ. ਕਿਸਾਨ ਧਾਨ ਉਗਾਉਂਦਾ ਹੈ ਤਾਂ ਅਸੀਂ ਰਜ ਰਜ ਖਾਂਦੇ ਹਾਂ. ਅਸੀਂ ਸ਼ੁਕਰੇ ਫਿਰ ਕਿਉਂ ਉਸਨੂੰ ਭੁੱਲ ਜਾਂਦੇ ਹਾਂ? ਉਹ ਨਿਆਂ ਹੱਕਾਂ ਨੂੰ ਮੰਗਦਾ ਹੈ. ਅਤੇ ਰਾਤ ਦਿਨ ਆਪਣੀ ਫਸਲ ਨੂੰ ਬੱਚੇ ਵਾਂਗੂ ਸਿੰਜਦਾ ਹੈ. ਫਸਲ ਪੱਕਦੀ ਵੇਖ ਉਸਦੀ ਮਿਹਨਤ ਫਲ ਲਾਉਂਦੀ ਹੈ. ਖੇਤ ਉਸਦੇ, ਖਲਹਾਨ ਉਸਦੇ, ਮਾਲਕ ਉਹ, ਮਿਹਨਤ ਉਸਦੀ, ਹਕੂਮਤ ਕਿਉਂ ਕਰ ਰੋਲਾ ਪਾਉਂਦੀ ਹੈ? ਕਿਸਾਨ ਧਾਨ ਉਗਾਉਂਦਾ ਹੈ ਤਾਂ ਅਸੀਂ ਰਜ ਰਜ ਖਾਂਦੇ ਹਾਂ. ਅਸੀਂ ਸ਼ੁਕਰੇ ਫਿਰ ਕਿਉਂ ਉਸਨੂੰ ਭੁੱਲ ਜਾਂਦੇ ਹਾਂ? ਅੰਮ੍ਰਿਤ ਵੇਲੇ ਉੱਠੋ ਖੇਤਾਂ ਵੱਲ ਨੂੰ ਤੁਰ ਜਾਂਦਾ ਹੈ. ਅਨਾਜ ਸਬਜ਼ੀਆਂ ਦੀ ਕਦੇ ਤੋੜ ਨਾ ਆਉਣ ਦਿੰਦਾ ਹੈ. ਦੁੱਧ ਘਿਓ ਦਹੀਂ ਦੀ ਤਾਂ ਉਹ ਨਦੀਆਂ ਵਾ ਦਿੰਦਾ ਹੈ. ਤਾਲਾਬੰਦੀ ਵਿੱਚ ਵੀ ਉਹ ਆਪਣੇ ਉਹ ਸਾਡੇ ਲਈ ਜਾਗਦਾ ਹੈ. ਜਾਨ ਨੂੰ ਜੋਖਮ ਵਿੱਚ ਪਾ ਉਹ ਕੋਵਿਡ ਵਿੱਚ ਵੀ ਲੜਦਾ ਹੈ. ਸਰਕਾਰ ਕਾਨੂੰਨਾਂ ਦੀ ਸ਼ੁਰੂਆਤ ਕਰ ਧੋਖਾ ਉਸਨੂੰ ਦਿੰਦੀ ਹੈ. ਕਿਸਾਨ ਧਾਨ ਉਗਾਉਂਦਾ ਹੈ ਤਾਂ ਅਸੀਂ ਰਜ ਰਜ ਖਾਂਦੇ ਹਾਂ. ਅਸੀਂ ਸ਼ੁਕਰੀ ਫਿਰ ਕਿਉਂ ਉਸਨੂੰ ਭੁੱਲ ਜਾਂਦੇ ਹਾਂ? ਨਿਆਂ ਮਿਲੇ ਉਹਨਾਂ ਦੀ ਮੰਗਾਂ ਪੂਰੀਆਂ ਹੋਵਣ. ਅਰਦਾਸ ਅਰੰਚਨ ਕਰੇ ਉਹਨਾਂ ਲਈ ਘਰਾਂ ਨੂੰ ਤੁਰਨ ਸੁੱਖ ਸ਼ਾਂਤੀ ਨਾਲ, ਉਹ ਪਰਿਵਾਰਾਂ ਨਾਲ ਉਹ ਵੀ ਉੱਠ ਬੈਠਣ ਖੁਸ਼ੀਆਂ ਉਹ ਮਨਾਵਣ, ਹੱਸਣ ਖੇਡਣ ਉਹ ਵੀ ਗਾਵਣ. ਫਲ ਮਿਲੇ ਉਹਨਾਂ ਦੀ ਮਿਹਨਤ ਦਾ, ਦੀਵਾਲੀ ਅਤੇ ਗੁਰਪੁਰਬ ਉਹ ਵੀ ਮਨਾਵਣ. ਕਿਸਾਨ ਧਾਨ ਉਗਾਉਂਦਾ ਤਾਂ ਅਸੀਂ ਰਜ ਰਜ ਖਾਂਦੇ ਹਾਂ. ਅਸੀਂ ਸ਼ੁਕਰੀ ਫਿਰ ਕਿਉਂ ਉਸਨੂੰ ਭੁੱਲ ਜਾਂਦੇ ਹਾਂ? ਕਿਉਂ ਕਰ ਜ਼ੁਲਮ ਉਹਨਾਂ 'ਤੇ ਉਹ ਤਾਂ ਹਨ ਕਿਸਾਨ. ਜਸਟਿਸ ਮੁਆਵਜ਼ਾ ਮਿਲੇ ਉਹਨਾਂ ਨੂੰ, ਉਹ ਤਾਂ ਹਨ ਇਨਸਾਨ. ਕਿਸਾਨ ਧਾਨ ਉਗਾਉਂਦਾ ਹੈ ਤਾਂ ਅਸੀਂ ਰਜ ਰਜ ਖਾਂਦੇ ਹਾਂ. ਅਸੀਂ ਸ਼ੁਕਰੀ ਫਿਰ ਕਿਉਂ ਉਸਨੂੰ ਭੁੱਲ ਜਾਂਦੇ ਹਾਂ? ਆਈ ਲਾਈਕ ਟੂ ਥੈਂਕ ਐਵਰੀ ਵਨ ਫੋਰ ਲਿਸਨਿੰਗ ਟੂ ਮਾਈ ਪੋਮ. ਪਲੀਜ਼ ਸ਼ੇਅਰ ਮਾਈ ਪੋਮ ਵਿਦ ਫਾਰਮਰਸ ਇਨ ਇੰਡੀਆ ਟੂ ਲੈਟ ਦੈਮ ਨੋ ਦੈਟ ਵੀ ਆਲ ਕੇਅਰ ਫੋਰ ਦੈਮ. ਡਜ਼ ਨੋਟ ਮੈਟਰ ਵੇਅਰ ਵੀ ਲਿਵ, ਵੀ ਆਰ ਆਲ ਵਿਦ ਦੈਮ ਐਂਡ ਸਪੋਰਟ ਫੋਰ ਦੇਅਰ ਕੋਜ਼ਿਸ. ਸਪੋਰਟ #, ਜਸਟਿਸ ਫੋਰ ਫਾਰਮਰਸ, ਜਸਟਿਸ ਫੋਰ ਕਿਸਾਨ ਏਕਤਾ. ਥੈਂਕ ਯੂ ਵਾਂਸ ਅਗੇਨ. ਦਿਸ ਇਜ਼ ਅਰੰਚਨ ਕੌਰ. ਸਤਿ ਸ਼੍ਰੀ ਅਕਾਲ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.